ਈਵਨ ਪੰਜਾਬੀ ਦੇ ਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਨਸ਼ਿਆਂ ਨੇ ਬੇੜਾ ਗਰਕ ਕਰ ਦਿੱਤਾ, ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ। ਲੇਕਿਨ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਇੱਕ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵੀ ਛਿੜੀ ਹੋਈ ਹੈ। ਲੇਕਿਨ ਇਸ ਮੁਹਿੰਮ ਦੇ ਵਿੱਚ ਜਿੱਥੇ ਮਰਦਾਂ ਨੇ ਸਾਥ ਦਿੱਤਾ ਹੈ, ਜਿੱਥੇ ਲੋਕਾਂ ਨੇ ਸਾਥ ਦਿੱਤਾ ਹੈ, ਉਹਨਾਂ ਦੇ ਵਿੱਚ ਹੁਣ ਭੈਣਾਂ ਮਤਲਬ ਔਰਤਾਂ ਨੇ ਵੀ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਠੇਕੇ ਦੇ ਅੰਦਰ ਔਰਤਾਂ ਵੜ ਕੇ ਕਿਵੇਂ ਜਿੰਨੀਆਂ ਵੀ ਬੋਤਲਾਂ ਪਈਆਂ ਨੇ ਠਾਹ ਠਾਹ ਕਰਦੀਆਂ ਉਹ ਬਾਹਰ ਆ ਰਹੀਆਂ ਨੇ। ਪਹਿਲਾਂ ਵੇਖੋ ਇਹ ਪੂਰਾ ਵਾਇਰਲ ਵੀਡੀਓ। ਇਸ ਵਾਇਰਲ ਵੀਡੀਓ ਤੋਂ ਬਾਅਦ ਤਾਂ ਇਹ ਲੱਗ ਰਿਹਾ ਹੈ ਕਿ ਲੋਕਾਂ ਨੇ ਕਸਮ ਖਾ ਲਈ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ। ਔਰ ਜੇ ਲੋਕਾਂ ਨੇ ਖਾ ਲਈ ਹੈ ਤਾਂ ਸਰਕਾਰ ਫਿਰ ਕਿਵੇਂ ਪਿੱਛੇ ਰਹਿ ਸਕਦੀ ਹੈ? ਔਰ ਸਰਕਾਰ ਵੀ ਆਪਣੇ ਮੁਤਾਬਕ ਸਾਰਾ ਕੰਮਕਾਰ ਕਰ ਰਹੀ ਹੈ। ਲੇਕਿਨ ਇਹਨਾਂ ਭੈਣਾਂ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਪੂਰੀ ਸ਼ਿੱਦਤ ਦੇ ਨਾਲ, ਪੂਰੀ ਮਿਹਨਤ ਦੇ ਨਾਲ ਆਪਣੇ ਅੰਦਰ ਇੱਕ ਪਲੈਨ ਬਣਾਇਆ, ਸਕ੍ਰਿਪਟ ਬਣਾਈ, ਉਸ ਨੂੰ ਇੱਕ ਪ੍ਰੈਕਟੀਕਲੀ ਰੂਪ ਦਿੱਤਾ ਔਰ ਠੇਕੇ ਨੂੰ ਕਰ ਦਿੱਤਾ ਜੀ ਤਹਿਸ ਨਹਿਸ। ਪ੍ਰੋਗਰਾਮ ਦੇ ਅੰਤ ਵਿੱਚ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਜਾਣਕਾਰੀ ਹੈ ਤਾਂ ਪਲੀਜ਼ ਮੇਲ ਕਰੋ। ਮੇਲ ਆਈਡੀਆ khariankhariyan@gmail.com। ਈਵਨ ਪੰਜਾਬੀ ਅਤੇ ਈਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ।